पहले सूए दो दिते थी, दूसरे सूए तीन दिते थी, ऐतकी देखो जी ऐतकी सूंदी है। बच्चे की मैं दिते ने? बच्चे बहुत बढ़िया जी, पूरे बढ़िया। हाँ जी, ब्रीडर किस तरह तुहाडे कोल? बहुत सागे लवे नहीं है जी ब्रीडर, असी अग्गे लगो भाई से जी। ਇਹਦਾ ਰਾਣੀਆਂ ਇਹਨਾਂ ਨੂੰ ਤਾਂ ਆਪਾਂ ਜਿੰਨੀ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਓਨਾ ਹੀ ਵਾਰ ਲੈ ਲਾਂਗੇ। ਆਏ ਬਾਈ ਮੁੱਲਾਪੁਰ ਖੜਿਆਂਗੇ ਦਾਖਾ ਬੱਕਰੀਆਂ ਦੀ ਮੰਡੀ ਤੇ, ਸ਼ਨੀਵਾਰ ਨੂੰ ਮੰਡੀ ਲਾ ਦੇ, ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੁੰਦਾ ਉਰੇ, ਹੈ ਨਾ? ਆਉਂਗੇ ਕੋਈ ਦਿੱਕਤ ਨਹੀਂ ਹੋਣੀ, ਲੁਧਿਆਣਾ ਜ਼ਿਲ੍ਹਾ ਪੈ ਜਾਂਦਾ। ਕੀ ਹਾਲ ਆ ਬਾਈ? ਠੀਕ ਆ ਜੀ। ਹੈਂ ਕਿਹੜੇ ਪਿੰਡੋਂ ਆਏ ਬਾਈ? ਰਣੀਏ ਤੋਂ ਆਏ ਜੀ। ਹੈਂ? ਰਣੀਏ ਤੋਂ। ਜ਼ਿਲ੍ਹਾ? ਜ਼ਿਲ੍ਹਾ ਮੋਗਾ ਜੀ। ਜ਼ਿਲ੍ਹਾ ਮੋਗਾ, ਰਣੀਏ ਤੋਂ ਆਇਆਂਗਾ। ਕਿਆ ਵੇਚਣਾ ਹੈ ਬਾਈ? ਬੱਕਰੀਆਂ ਬਾਈ। ਕਿੰਨੀਆਂ? ਆਪਣੀਆਂ ਹੀ ਆ ਬਾਈ ਸਾਰੀਆਂ। ਸਾਰੀਆਂ ਕਿੰਨੀਆਂ ਨੇ ਫਿਰ ਵੀ? 12 ਜੀ। 12 12 ਬੱਕਰੀਆਂ ਬਾਈ ਘਰ ਦੀਆਂ ਨੇ? ਹਾਂ ਜੀ ਬਾਈ ਘਰ ਦੀਆਂ। ਘਰੇ ਕਿੰਨੀਆਂ ਰੱਖੀਆਂ ਨੇ? ਘਰੇ ਹੀ ਹੈਗੀਆਂ ਬਾਈ, 20-25 ਘਰੇ ਆ ਜੀ। 20-25 ਘਰੇ? ਇਹ ਵੇਚਣ ਦਾ ਤੋਂ ਆਇਆ ਕੀ ਗੱਲ? ਬਾਹਰ ਲੈ ਆਈ ਤਾਂ ਜੀ ਦੇ ਦਈ ਦੀਆਂ। ਅੱਛਾ, ਵਪਾਰ ਕਰਦੇ ਹਾਂ ਜੀ। ਫੇਰ ਠੀਕ ਹੈ ਗੱਲਬਾਤ ਆ। ਗੱਬਣਾ ਨੇ ਜਾਂ ਫੰਡਰਾਂ ਕਿਹਨਾਂ ਦਾ? ਵਿੱਚੋਂ ਹੀ ਗੱਬਣਾ ਵੀ ਆ, ਵਿੱਚ ਫੰਡਰਾਂ ਵੀ ਆ। ਸਾਰੀਆਂ ਦਾ ਕੀ ਮੁੱਲ ਕਰੇਗਾ? ਸਾਰੀਆਂ ਦਾ ਜੀ ਅੱਧੀਆਂ ਦਾ ਵਿਕੀਆਂ ਆਵਗੀਆਂ ਇਹ। ਅੱਛਾ, ਆਹੀ ਕੀ ਰਹਿੰਦੀਆਂ? 4 ਕੀ ਉਰੇ ਵੇਚਤੀਆਂ ਕੇ? ਹਾਂਜੀ। ਕੀ ਭਾਅ ਨੂੰ ਵੇਚਤੀਆਂ? ਇਹ ਕੋਈ 15 ਨੂੰ ਵੇਚੀ ਆ ਜੀ, ਕੋਈ 20 ਨੂੰ। 15 ਨੂੰ ਕੋਈ 20 ਨੂੰ? ਹੈ ਹਾਂਜੀ। ਬੱਚੇ ਵਾਲੇ ਵੀ ਹੈਗੇ ਨੇ ਕੁਛ? ਨਹੀਂ, ਬੱਚੇ ਵਾਲੇ ਨਹੀਂ, ਸੂਣ ਵਾਲੀਆਂ ਆ, ਬਾਕੀ ਪਹਿਲਾਂ ਬੱਚੇ ਵੇਚ। ਸਾਰੀ ਸੂਣ ਵਾਲੀਆਂ ਨੇ? ਕਦੋਂ ਹੁੰਦੀਆਂ ਨੇਗੀਆਂ? ਇਹ 2-2.5 ਮਹੀਨੇ ਦੇ ਗੱਭਣਾ ਜੀ। ਉਹ ਸੇਰੀ ਪੱਠ ਕਿੰਨੇ? ਉਹ ਤਾਂ ਹੈ ਜੀ ਫੰਟਰ ਹੀ ਆ ਤਾਂ। ਪੱਠ ਉਹ ਤਾਂ? ਹਾਂਜੀ। ਕਿੰਨੇ ਪੈਸੇ ਮੰਗਦਾ ਉਹਦੇ ਭਾਈ? ਉਹਦਾ ਜੀ 11,000 ਰੁਪਈਆ ਜੀ। 11,000 ਲੱਗਿਆ ਕੀ ਉਹਤੇ? ਕੁਛ ਨਹੀਂ ਲੱਗਿਆ ਜੀ ਉਹਦਾ। ਕਿਉਂ ਨਹੀਂ ਲੱਗਿਆ ਬਾਈ? ਉਹਦੇ ਆਇਆ ਨਹੀਂ ਕੋਈ ਜੀ। ਕਿਉਂ, ਨਸਲ ਦੀ ਘੱਟ ਆ ਉਹ? ਨਹੀਂ ਨਹੀਂ, ਨਸਲ ਦੀ ਤਾਂ ਪੂਰੀ ਆ ਜੀ। ਅੱਛਾ, ਤਾਂ ਕਿਉਂ ਹੋਣੀ ਬਾਈ? ਨਸਲ ਵਧੀਆ ਕਿਹੜੀ ਹੁੰਦੀ ਹੈਗੀ? ਨਸਲ ਤਾਂ ਯਾਰ ਉਹਦੇ ਸਿਰ ਤੇ ਜੀ ਬਣਾਉਣ ਤੇ। ਅੱਛਾ, ਹੁਣ ਆ ਪੂਰੀਆਂ ਵਧਗਾ ਬੱਕਰੀਆਂ ਆ ਵਧੀਆ ਨਸਲ ਚ ਨੇ ਇਹ? ਹਾਂਜੀ, ਜੇ ਹੁਣ ਇਹਨਾਂ ਨੂੰ ਅਲੱਗ ਪਾਊਗਾ ਨਾ ਤੇ ਇਹਨਾਂ ਕਿੱਥੋਂ ਵਧਗਾ ਬਣ ਜਾਣਗੇ। ਠੀਕ ਹੈ। ਨਹੀਂ, ਨਸਲ ਤਾਂ ਖਾਣੇ ਨੇ ਬਣਾਉਣੀ ਨਸਲ? ਹਾਂਜੀ ਹਾਂਜੀ, ਖੁਰਾਕ ਦੇ ਸਿਰ ਤੇ ਆ ਜੀ। ਊਂ ਹੀ ਬਣਦੀ ਕੀ ਨਸਲ? ਹਾਂਜੀ, ਊਂ ਹੀ ਬਣਦੀ ਬਰੀਡਿੰਗ ਨਾਲ। ਹਾਂਜੀ, ਵਧੀਆ ਬੋਕ ਛੱਡਣ ਨਾਲ, ਬੋਕ ਪਾਕ ਵਧਗਾ ਹੋਵੇ ਫੇਰ ਹੀ ਆ ਜੀ। ਹਾਂ, ਜੋ ਹੁਣ ਕਈ ਬੰਦੇ ਹੁਣ ਲੈ ਜਾਂਦੇ ਚੰਗੀ ਬੱਕਰੀ ਮੰਡੀ ਤੋਂ, ਘਰੇ ਜਾ ਕੇ ਸੇਵਾ ਨਹੀਂ ਕਰਦੇ, ਉਦੋਂ ਕੁਛ ਨਹੀਂ ਬਣਦਾ ਗਾ ਪਹੂਗਾ। ਠੀਕ ਹੈ। ਕਦੋਂ ਕਦੋਂ ਕਰਦਾ ਬਾਈ ਵਪਾਰ? ਹੋਏ ਵਪਾਰ ਤਾਂ ਨਹੀਂ ਕਰਦੇ, ਪਹਿਲਾਂ ਬਹੂ ਚਾਰਦੇ ਸੀ, ਹੁਣ ਨਹੀਂ ਲੱਗਾ ਵਪਾਰ ਕਰਨ ਤੋਂ ਥੋੜ੍ਹੇ ਟਾਈਮ ਤੋਂ। ਅੱਛਾ, ਹੋ ਗਏ 2 ਸਾਲ? ਹਾਂਜੀ। ਠੀਕ ਹੈ। ਘਾਟਾ ਤਾਂ ਨਹੀਂ ਖਾਧਾ ਕਦੇ? ਨਹੀਂ ਨਹੀਂ, ਘਾਟਾ ਤਾਂ ਕਾਹਦਾ ਜੀ। ਅੱਛਾ, ਮਿਲ ਜਾਂਦੀ ਨੇ ਬੱਕਰੀਆਂ ਆਰਾਮ ਨਾਲ? ਹਾਂਜੀ, ਆਰਾਮ ਨਾਲ ਪਿੰਡਾਂ 'ਚੋਂ? ਹਾਂਜੀ, ਪਿੰਡਾਂ 'ਚੋਂ ਵੀ, ਮੰਡੀ 'ਚੋਂ ਵੀ ਮਿਲ ਜਾਂਦੀਆਂ ਜੀ। ਮੰਡੀ 'ਚੋਂ ਰਾਣੀਆਂ, ਰਾਣੀਆਂ ਜੇ ਰਾਣੀਆਂ ਬਣਾ ਕੇ ਰੱਖਾਂਗੇ ਫਿਰ ਤਾਂ ਬਹੁਤ ਫਾਇਦਾ ਦੇ ਜਾਂਦੇ। ਉਰੇ ਆ, ਉਰੇ ਆ, ਉਰੇ ਆ ਬਾਈ। ਕੀ ਇਹ? ਇਹਦਾ ਰਾਣੀਆਂ ਇਹਨਾਂ ਨੂੰ ਤਾਂ ਆਪਾਂ ਜਿੰਨੀ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਓਨਾ ਹੀ ਵਾਰ ਲੈ ਲਾਂਗੇ ਆਪਾਂ ਇਹਨਾਂ ਤੋਂ। ਠੀਕ ਹੈ। ਜੇ ਨਹੀਂ ਸੇਵਾ ਕਰਾਂਗੇ? ਸੇਵਾ ਦੇ ਨਾਲ ਹੀ ਮੇਵਾ ਜੀ, ਇਹ ਨਾ ਸੇਵਾ ਕਰਾਂਗੇ ਵਿਚਾਰੀਆਂ ਘਰੇ ਖੜੀਆਂ ਪਾਪੜ ਬਣੀ ਜਾਣੀਆਂ ਇਹਨਾਂ ਦਾ। ਅੱਛਾ, ਜੇ ਆਪਾਂ ਅੱਜ ਇਹਨਾਂ ਨੂੰ ਵਧੀਆ ਖੁਰਾਕ ਦੇਵਾਂਗੇ। ਬੱਕਰੀਆਂ 4 ਕਿਲੋ ਹੋਣੀਆਂ, ਕਿੰਨੀ ਔਖੀ ਨਾ ਦੇ ਟਾਈਮ 'ਚ? ਨਾ ਨਾ ਜੀ, ਕੋਈ ਔਖਾ ਨਹੀਂ ਗਾ, ਅੱਜ ਕੱਲ੍ਹ ਤਾਂ ਬਸ ਥਾਂ ਥਾਂ ਦਾ ਦਾਣੇ ਪਏ ਆ। ਅੱਛਾ, ਨਹੀਂ ਦਾਣੇ ਤਾਂ ਮੁੱਕ ਜਾਣਗੇ 10-20 ਦਿਨਾਂ ਨੂੰ, ਫਿਰ ਡੇਕਾਂ ਚੱਲ ਪੈਣੀਆਂ ਜੀ। ਡੇਕਾਂ ਵਾਧੂ ਆ, ਬੋੜ ਪਿੱਪਲ ਵਾਧੂ ਆ, ਬਾਅਦ 'ਚੋਂ ਚੱਲ ਪੈਣਗੇ। ਹਾਂ, ਜੇ ਕਿਸੇ ਨੇ ਕੇਸ ਕਰਤਾ? ਕਿਵੇਂ? ਕਿਸੇ ਅਸੀਂ ਉਹੋ ਜਿਹੇ ਕੇਸ ਵਾਲੇ ਪਾਸੇ ਜਾਂਦੇ ਹੀ ਨਹੀਂਗੇ। ਠੀਕ ਹੈ। ਜਿਨ੍ਹਾਂ ਦੇ ਲਾਏ ਹੁੰਦੇ ਆ ਉਹ ਅਸੀਂ ਛੇੜਦੇ ਹੀ ਨਹੀਂਗੇ। ਠੀਕ ਹੈ, ਇਹ ਗੱਲ ਹੈਗੀ ਆ। ਆਹ ਬੱਕਰੀ ਵੀ ਕਿਵੇਂ ਬਾਈ? ਹਾਂਜੀ। ਕਿੰਨੇ ਪੈਸਿਆਂ ਦੀ ਵੇਚੀ ਇਹ? ਇਹ 14,000 ਦੀ। ਆਹ ਬੱਕਰੀ? ਹਾਂਜੀ। ਉਹ ਮੂਹਰੇ ਖੜੀ ਜਿਹੜੀ? ਹਾਂਜੀ। ਗੱਬਣ ਵੀ? ਇਹ 2.5 ਮਹੀਨੇ ਦੀ। ਹਾਂ ਨਹੀਂ ਬਾਈ, ਉਹ ਕਹਿੰਦਾ ਮੈਂ। ਹਾਂਜੀ ਹਾਂਜੀ, ਉਹ। ਅੱਛਾ, 14,000 ਦੀ? ਹਾਂਜੀ। ਇਕੱਠੀਆਂ ਵੇਚੀਆਂ ਨਹੀਂ ਆ? ਨਹੀਂ ਨਹੀਂ, ਇਕੱਲੀ ਵੇਚੀ ਹੈ। ਕੀ ਇਕੱਲੀ 14,000 ਦੀ ਵੇਚੀ ਆ ਆਹ ਬੱਕਰੀ? ਹਾਂਜੀ। ਗੱਬਣ ਕਹਿ ਕੇ? ਹਾਂਜੀ, 2.5 ਮਹੀਨੇ ਦੀ ਗੱਬਣ ਕਹਿ ਕੇ ਵੇਚੀ ਹੈਗੀ। ਬਾਕੀ 4 ਕਰੇਗੀਆਂ ਤੁਸੀਂ ਕਹਿੰਦੇ ਹੋ? ਹਾਂਜੀ ਹਾਂਜੀ। 4 ਕੀ ਰਹਿਗੀਆਂ? ਹਾਂ, 4 ਤੇ 2 ਪੱਠਾਂ ਰਹਿ ਗਈਆਂ, 6 ਨਗ ਰਹਿ ਗਏ ਜੀ। 6 ਨਗ ਰਹਿ ਗਏ? ਹਾਂਜੀ। ਅੱਜ ਉਰੇ ਆ ਕੇ ਵੇਚਣ ਸਾਰੇ? ਹਾਂਜੀ। ਓਕੇ, ਆਪਾਂ ਤਾਂ ਇੱਥੇ ਮੰਡੀ 'ਚ ਵੇਚ ਕੇ ਜਾਂਦੇ ਹਾਂ ਜੀ। ਆਉਂਦੇ ਹੁੰਦੇ ਹਰ ਵਾਰੀ? ਹਾਂਜੀ, ਹਰ ਵਾਰੀ। ਠੀਕ ਹੈ, ਡੇਲੀ। ਚੰਗਾ ਬਾਈ, ਓਕੇ ਸਰ। ਇੱਕ ਬੱਕਰੀ ਤੁਹਾਨੂੰ ਹੋਰ ਦਿਖਾ ਦੇਣਗੇ ਬਾਈ, ਉਰੀ ਲੈ ਕੇ ਆਏ ਨੇ ਬਾਈ। ਕਿਹੜਾ ਪਿੰਡ ਆ? ਮਲੇਰਕੋਟਲਾ। ਖਾਸ ਸ਼ਹਿਰ? ਹਾਂਜੀ ਖਾਸ। ਵਾਹ, ਮਲੇਰਕੋਟਲੇ ਵਾਲਿਓ। ਬੱਕਰੀ ਤੁਹਾਡੀ ਘਰ ਦੀ ਹੈ ਬਾਈ? ਹਾਂਜੀ, ਘਰ ਦੀ ਹੈ। ਕਿੰਨੇ ਸੂਏ ਲਾ ਲਏ ਤੋ? ਤੀਸਰਾ ਸੂਆ ਹੈ ਜੀ ਹੁਣ ਇਹਦਾ। ਹੁਣ? ਹਾਂਜੀ। ਪਹਿਲੇ ਸੂਏ 'ਚ ਕਿੰਨੇ ਕਿੰਨੇ ਬੱਚੇ? 3 ਨੇ। ਪਹਿਲੇ ਸੂਏ 2 ਦਿੱਤੇ ਸੀ, ਦੂਸਰੇ ਸੂਏ 3 ਦਿੱਤੇ ਸੀ। ਐਤਕੀ ਦੇਖੋ ਜੀ ਐਤਕੀ ਸੂੰਦੀ ਹੈ। ਬੱਚੇ ਕਿਵੇਂ ਦਿੱਤੇ ਨੇ? ਬੱਚੇ ਬਹੁਤ ਵਧੀਆ ਜੀ, ਪੂਰੇ ਵਧੀਆ। ਹਾਂਜੀ। ਬਰੀਡਰ ਕਿਸ ਤਰ੍ਹਾਂ ਤੁਹਾਡੇ ਕੋਲ? ਬਹੁਤ ਸਾਗੇ ਲਵੇ ਨਹੀਂ ਹੈਗਾ ਜੀ ਬਰੀਡਰ, ਅਸੀਂ ਅੱਗੇ ਨੂੰ ਲਗਵਾਈ ਸੀਗੀ। ਠੀਕ ਹੈ। ਹਾਂਜੀ। ਕੀ ਮੁੱਲ ਕਰਿਆ ਫਿਰ ਇਹਦਾ? ਇਹਦਾ 1.5 ਲੱਖ ਜੀ। 1.5 ਲੱਖ? ਹਾਂਜੀ। ਥਣ ਜਿਵੇਂ ਦੇ ਥਣ ਬਾਹਵਾ ਵੱਡੇ ਨਹੀਂ ਗੇ ਬਾਈ? ਨਹੀਂ, ਥਣ ਬਾਹਵਾ ਵੱਡੇ ਨਹੀਂ ਗੇ, ਇਹ ਥੱਲੇ ਲੱਗ ਜਾਂਦੇ ਨੇ। ਥੱਲੇ ਲੱਗ ਜਾਂਦੇ ਨਹੀਂ ਜੀ, ਜਦੋਂ ਸੂੰਦੀ ਹੈ, ਸੂਨ ਤੇ ਆਉਂਦੀ ਹੈ, ਫਿਰ ਇੱਕ ਵਾਰੀ ਐਂ ਥੋੜ੍ਹਾ ਜਿਹਾ ਥੱਲੇ ਲੱਗਦੇ ਨੇ।
ਜੋ ਉਦੋਂ ਬਾਅਦ ਫਿਰ ਸੈੱਟ ਕਰੇ ਜਾਂਦੇ ਠੀਕ ਹੈ ਥੱਲੇ ਲੱਗ ਜਾਂਦਾ ਉਹ ਹਾਂਜੀ ਦੁੱਧ ਕਿਵੇਂ ਦੁੱਧ ਬਹੁਤ ਵਧੀਆ ਜੀ ਕਿੰਨਾ ਕੁ 5 ਜਾਂ 6 ਲੀਟਰ ਹੋ ਜਾਂਦਾ ਜੀ ਮੇਉਣੇ ਰਜਾਉਂਦੀ ਆ ਹਾਂਜੀ ਪੂਰੇ ਫੁੱਲ ਇਹ 3 ਦੇ 3 ਫੁੱਲ ਰਜਾਉਂਦੀ ਹੈ ਫਿਰ ਵੀ ਬਚ ਜਾਂਦਾ ਦੁੱਧ ਫਿਰ ਵੀ ਬਚ ਜਾਂਦਾ ਹਾਂਜੀ 3 ਮੇਮਣੇ ਰਜਾਉਂ ਕੇ ਦੁੱਧ ਬਚ ਜਾਂਦਾ ਹਾਂਜੀ ਠੀਕ ਹੈ ਹੁਣ ਗੱਬਣ ਕਿੰਨੇ ਟਾਈਮ ਦੀ ਕਹਿੰਦੇ ਹੋ ਹੁਣ 15 ਤਰੀਕ ਨੂੰ ਸੌਂਦੀ ਹੈ ਜੀ ਆਉਂਦੀ 15 15 ਨੂੰ ਹਾਂਜੀ ਹੁਣ ਵੇਚ ਕਾ ਤੋਂ ਰਹੇ ਹੋ ਵੇਚ ਬਸ ਵੈਸੇ ਹੀ ਰਹੇ ਹਾਂ ਜੀ 2 ਸੂਏ ਪਹਿਲਾਂ ਲੈ ਲਏ ਸਗਲੇ ਵੇ ਦੀਆਂ ਪੱਠਾਂ ਵੀ ਹੋ ਗਈਆਂ ਇੱਕ ਬੱਕਰਾ ਛੋਟਾ ਜਿਹਾ ਪਹਿਲਾਂ ਸਾਲ ਕਦਾ ਹੋ ਗਿਆ ਹੋਊਗਾ ਉਹ ਹੋ ਗਿਆ ਤਾਂ ਉਹ ਕਰਕੇ ਹੀ ਵੇਚ ਰਹੇ ਹਾਂ ਤੁਸੀਂ ਕਦੋਂ ਲਈ ਸੀ ਇਹ ਅਸੀਂ ਲੈਤੀ ਦੀ ਪੱਠੀ ਲੈਤੀ ਛੋੜੀ ਘਰੇ ਪਾ ਲਈ ਸੀ ਜੀ ਅੱਛਾ ਕਿੰਨੇ ਦੀ ਲਈ ਸੀ ਤੁਸੀਂ ਜਦੋਂ ਅਸੀਂ ਲੈਤੀ ਦੀ ਗਈ 38,000 ਦੀ ਛੋਟੀ ਪੱਠੀ ਦੀ ਗਈ ਛੋਟੀ ਪੱਠੀ 38,000 ਦੀ ਲਈ ਸੀ ਹਾਂਜੀ ਠੀਕ ਹੈ ਫਿਰ ਵਧੀਆ ਰੰਗ ਭਾਗ ਲਾਤੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਇੱਕ ਪੱਠੇ ਦੀ ਵੇਚੀ ਹੋਈ ਸਾਨੇ ਪਿਛਲੇ ਸਾਲ ਜੀ ਤਾਂ ਹੁਣ ਦੋ ਚੱਲਦੇ ਆ ਹਾਂਜੀ ਦੋਨੋਂ ਚੱਲਦੇ ਕੋਈ ਦਿੱਕਤ ਨਹੀਂ ਠੀਕ ਹੈ ਕਿਹੜੀ ਗੜ ਖਰਾਕ ਤੇ ਰੱਖਦੀ ਹੈ ਇਹ ਫੀਡ ਖਾਂਦੀ ਹੈ ਜੀ ਫੀਡ ਹਰਾ ਚਾਰਾ ਸਾਰਾ ਉਹ ਖਾਂਦੀ ਹੈ ਠੀਕ ਹੈ ਕਿੰਨੇ ਫੀਡ ਕਿੰਨੀ ਖਾ ਜਾਂਦੀ ਹੈ ਇਹ ਖਾ ਜਾਂਦੀ ਹੈ ਜੀ ਪਾਈਆ ਪਾਈਆ ਦੋ ਟਾਈਮ ਖਾ ਜਾਂਦੀ ਹੈ ਪਾਈਆ ਪਾਈਆ ਨਾਲ ਤੇ ਇਹਨੂੰ ਕੀ ਹੁੰਦਾ ਯਾਰ ਨਹੀਂ ਪਾਈਆ ਪਾਈਆ ਹੀ ਪਾਉਣੇ ਅਸੀਂ ਵੱਧ ਨਹੀਂ ਪਾਉਂਦੇ ਫਿਰ ਉਹ ਸੂੜੀ ਸਾੜੀ ਵੀ ਪਾਉਣੇ ਆ ਖਰਾ ਵੀ ਪਾਉਣੇ ਆ ਅੱਛਾ ਸਾਰਾ ਉਹ ਰਲਮਾ ਮਿਲਮਾ ਹੀ ਪਾਉਣੇ ਆ ਠੀਕ ਹੈ ਹਾਂ ਜੀ ਬੱਕਰੀ ਚੰਗੀ ਆ ਇੱਕ ਵਾਰੀ ਮੱਕੀ ਪਾ ਦਿੰਨੇ ਆ ਕੇਲੇ ਗੁੱਲੇ ਪਾ ਦਿੰਨੇ ਆ ਜੀ ਅੱਛਾ ਫਲ ਸਭ ਪਾਉਣੇ ਹਾਂ ਜੀ ਫਲ ਹੋਰ ਇੱਕ ਵਾਰੀ ਤੈਨੂੰ ਫਲਾਂ ਕੇਲਿਆਂ ਸੇਬਾਂ ਦੇ ਨਾਲ ਪਾਲੇ ਹੋਏ ਆ ਜੀ ਮੇਰੇ ਏਅਰਕੋਟਲੇ ਦੇ ਵਿੱਚ ਇੱਕ ਨਾ ਮਿਲ ਜਾਂਦੇ ਨੇਗੇ ਲੰਬੀ ਤੋਰ ਦੇ ਲੰਬੀ ਤੋਰ ਲੰਬੀ ਤੋਰ ਦੇ ਲੰਬੀ ਤੋਰ ਬੱਕਰੀ ਹੈਗੀ ਆ ਪੂਰੀ ਡਬਲ ਇੱਧਰ ਆਲੇ ਬੱਕਰੀ ਬੱਕਰੇ ਵਰਗੀ ਆ ਨਾ ਹਾਂਜੀ ਬੱਕਰੀ ਤਾਂ ਨਹੀਂ ਕਹਿ ਸਕਦੇ ਕਿ ਹਾਂਜੀ ਬਣਿਆ ਤਣੇ ਬੱਕਰਾ ਕਹਿ ਪਾਲੀ ਵਧੀਆ ਹੋਈ ਆ ਜੀ ਸੇਵਾ ਬਹੁਤ ਕਰੀਏ ਸਾਨੂੰ ਸਹੀ ਗੱਲ ਪਹਿਲਾਂ ਜਿਹੜਾ ਕੁਝ ਅਸੀਂ ਆਪ ਖਾਣੇ ਉਹੀ ਲੈ ਕੇ ਆਏ ਤੇ ਪਹਿਲਾਂ ਕੁਝ ਲਵਾਇਆ ਅਸੀਂ ਵੇਚਣੀ ਨਹੀਂ ਸੀ ਪਹਿਲਾਂ ਇਸ ਵਾਰ ਹੀ ਲੈ ਕੇ ਆਏ ਇਹਦੀ ਪੱਠ ਵੇਚੀ ਸੀ ਸਾਨੇ 1,80,000 ਦੀ ਪਹਿਲਾਂ ਵੇਚੀ ਸੀ ਇਹਦੀ ਪੱਠ ਇਹਦੀ ਪੱਠ ਹਾਂਜੀ ਇਹਦੀ ਪੱਠ ਪਹਿਲੇ ਸੂਏ ਦੀ ਹਾਂਜੀ ਪਹਿਲੇ ਸੂਏ ਦੀ 17 ਇੰਚ ਇਹ ਤੋਂ ਵੱਡਾ ਹਾਂਜੀ 1,80,000 ਦੀ ਕਿੰਨੀ ਕੁ ਵੱਡੀ ਸੀ ਉਹ ਹੈਗੀ ਦੀ 39 ਇੰਚ ਦੋ ਦੰਦਾਂ ਦੀ ਨਹੀਂ ਚਾਰ ਦੰਦ ਹਾਂਜੀ ਠੀਕ ਹੈ ਬਾਹਰ ਵੇਚੀ ਸੀ ਕਿ ਇੱਥੇ ਪੰਜਾਬ 'ਚ 5-6 ਕਿਲੋ ਹੈ ਬਾਈ ਹੈ ਪੰਜਾਬ 'ਚ ਵੇਚੀ ਸੀ ਕਿ ਬਾਹਰ ਕਿਤੇ ਬਾਹਰ ਜੀ ਮਹਾਰਾਸ਼ਟਰ ਭੇਜੀ ਦੀ ਰਾਜੂ ਨੂੰ ਠੀਕ ਹੈ ਹਾਂਜੀ ਲੈ ਵੀ ਇਸ ਦੀ ਪੱਠ 1,80,000 ਦੀਆਂ ਹਾਂਜੀ ਚਾਰ ਦੰਦਾਂ ਦੇ ਵਿੱਚ ਬਾਕੀ ਬੱਕਰੀ ਬਹੁਤ ਸੋਹਣੀ ਆ ਬਣਦੀ ਤਣਦੀ ਆ ਰਵੇ ਦੀ ਵੀ ਆ ਬਲੱਡ ਲੈਂਦੀ ਹੈਗੀ ਬਹੁਤ ਚੰਗੀ ਲੈ ਵੀਰੇ ਚੰਗਾ ਵੀਰੇ ਧੰਨਵਾਦ ਠੀਕ ਹੈ ਧੰਨਵਾਦ ਤੁਹਾਡਾ